ਪੰਚਾਇਤੀ ਚੋਣਾਂ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪੰਚਾਇਤੀ ਚੋਣਾਂ ਦੇ ਵਿੱਚ ਬਹੁਤੀਆਂ ਥਾਵਾਂ ਦੇ ਉੱਤੇ ਪਿੰਡਾਂ ਦਾ ਅੰਕੜਾ ਸਰਕਾਰ ਵੱਲੋਂ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਵੀ ਕੀਤਾ ਗਿਆ ਇਸ ਲਈ ਦੱਸਿਆ ਗਿਆ ਕਿ ਸਰਬਸੰਮਤੀ ਤੇ ਨਿਰਵਿਰੋਧ ਯਾਨੀ ਕਿ ਜਿੱਥੇ ਕਿਸੇ ਦਾ ਵਿਰੋਧ ਹੀ ਨਹੀਂ ਉਸ ਨੂੰ ਜਿਹੜਾ ਪੰਚਾਇਤ ਦੇ ਵਿੱਚ ਸਰਪੰਚ ਚੁਣ ਲਿਆ ਗਿਆ ਹਾਲਾਂਕਿ ਕਈ ਥਾਵਾਂ ਦੇ ਉੱਤੇ ਧੱਕੇਸ਼ਾਹੀਆਂ ਦੇ ਦੋਸ਼ ਵੀ ਲੱਗੇ ਹੁਣ ਇਸੇ ਦੇ ਮੱਦੇਨਜ਼ਰ ਇਸੇ ਦੇ ਤਹਿਤ ਜੇਕਰ ਕੋਈ ਕੱਲਾ ਕਹਿਰਾ ਵੀ ਕੱਲਾ ਸਰਪੰਚ ਉਮੀਦਵਾਰ ਹੈ ਦਾ ਫੇਰ ਕੀ ਉੱਥੇ ਵੀ ਚੋਣ ਹੋਵੇਗੀ ਜਾਂ ਫਿਰ ਸਰਬਸੰਮਤੀ ਦਾ ਹਾਰ ਜਿੱਥੇ ਸਰਪੰਚ ਨੂੰ ਪੈ ਗਿਆ ਉੱਥੇ ਫਿਰ ਉਸ ਦੇ ਨਾਮ ਦੇ ਉੱਤੇ ਵੈਰਟ ਪੇਪਰ ਦੇ ਉੱਤੇ ਮੋਹਰਾਂ ਨਹੀਂ ਲੱਗਣਗੀਆਂ ਇਸ ਦਾ ਫੈਸਲਾ ਸੋਮਵਾਰ ਨੂੰ ਹੋਣਾ ਹੈ ਹਾਈ ਕੋਰਟ 'ਚ ਹੋਣਾ ਹੈ ਹਾਈ ਕੋਰਟ 'ਚ ਸੁਣਵਾਈ ਹੋਣੀ ਹੈ ਬਕਾਇਦਾ ਕਿਉਂਕਿ ਇਸ ਦੇ ਉੱਤੇ ਨਾਬੇ ਇਲਾਕੇ ਦੇ ਵਿੱਚ ਇੱਕ ਵਕੀਲ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ ਉਸ ਪਟੀਸ਼ਨ ਦਾ ਪਾਉਣ ਦਾ ਮਕਸਦ ਕੀ ਹੈ ਮਕਸਦ ਸਾਫ਼-ਸਾਫ਼ ਇਹ ਹੈ ਕਿ ਜੇਕਰ ਕਿਤੇ ਵੀ ਨਿਰਵਿਰੋਧ ਸਰਪੰਚ ਚੁਣਿਆ ਗਿਆ ਜਾਂ ਫਿਰ ਸਰਬਸੰਮਤੀ ਦੇ ਨਾਲ ਯਾਨੀ ਕਿ ਇੱਕ ਪਿੰਡ ਦੇ ਵਿੱਚ ਕੋਈ ਉਮੀਦਵਾਰ ਹੈ ਕਿ ਕੋਈ ਸਰਬਸੰਮਤੀ ਵੀ ਹੁੰਦੀ ਹੈ ਤਾਂ ਵੀ ਨਾਮਜ਼ਦੀ ਪੱਤਰ ਭਰਨੇ ਬੇहद ਜ਼ਰੂਰੀ ਸਮਝੇ ਜਾਂਦੇ ਨੇ ਨਿਯਮਾਂ ਦੇ ਤਹਿਤ ਉਹ ਜ਼ਰੂਰੀ ਨਹੀਂ ਜੇਕਰ ਨਾਮਜ਼ਦੀ ਪੱਤਰ ਹੀ ਨਹੀਂ ਭਰਿਆ ਜਾਵੇਗਾ ਤੇ ਕਾਗਜ਼ਾਂ ਦੇ ਵਿੱਚ ਕਿਵੇਂ ਤੈਅ ਹੋਵੇਗਾ ਕਿ ਕਿਹੜੇ ਪਿੰਡ ਦੇ ਵਿੱਚ ਕਿਹੜਾ ਸਰਪੰਚ ਹੈ ਜਿਹੜਾ ਸਰਬਸੰਮਤੀ ਜਾਂ ਨਿਰਵਿਰੋਧ ਚੁਣਿਆ ਵੀ ਗਿਆ ਹਾਲਾਂਕਿ ਕਈ ਥਾਵਾਂ 'ਤੇ ਦੋਸ਼ੇ ਲੱਗੇ ਨੇ ਵਿਰੋਧੀਆਂ ਵੱਲੋਂ ਕਿ ਕਈ ਪਿੰਡਾਂ ਦੇ ਵਿੱਚ ਜਿੱਥੇ 7 ਤੋਂ 8 ਨੋਮੀਨੇਸ਼ਨ ਫਾਈਲ ਹੁੰਦੀਆਂ ਨੇ ਉਸ ਦੇ ਵਿੱਚੋਂ ਇੱਕ ਰੱਖ ਲਈ ਜਾਂਦੀ ਹੈ ਜਿਹੜੀ ਕਿ ਸਬੰਧ ਸੱਤਾ ਧਿਰ ਨਾਲ ਰੱਖਦੀ ਹੈ ਬਾਕੀ ਰੱਦ ਹੋ ਜਾਂਦੀਆਂ ਨੇ ਤਾਂ ਫਿਰ ਉੱਥੇ ਨਿਰਵਿਰੋਧ ਕਹੀਏ ਕਿ ਉਸ ਨੂੰ ਸਰਬਸੰਮਤੀ ਕਹੀਏ ਜਾਂ ਉਸ ਨੂੰ ਧੱਕਾ ਸੰਮਤੀ ਕਹੀਏ ਇਹ ਇੱਕ ਆਪਣੇ ਥਾਂ ਤੇ ਚਰਚਾ ਹੈ ਪਰ ਜਿਹੜੀ ਪਾਈ ਗਈ ਪਟੀਸ਼ਨ ਹੈ ਉਸ ਦੇ ਵਿੱਚ ਸਾਫ਼ ਕਿਹਾ ਗਿਆ ਹੈ ਕਿ ਇਸ ਵਾਰ ਚੋਣ ਕਮਿਸ਼ਨ ਨੇ ਜਿਹੜਾ ਵੈਲਟ ਪੇਪਰ ਉਸ ਦੇ ਵਿੱਚ ਨੋਟਾ ਦੀ ਆਪਸ਼ਨ ਵੀ ਅਖੀਰ ਦੇ ਵਿੱਚ ਰੱਖੀ ਹੈ ਜੇਕਰ ਕੋਈ ਸਰਬਸੰਮਤੀ ਨਾਲ ਜਾਂ ਨਿਰਵਿਰੋਧ ਆ ਵੀ ਗਿਆ ਸਰਪੰਚ ਉਮੀਦਵਾਰ ਕੱਲਾ ਮੈਦਾਨ ਦੇ ਵਿੱਚ ਤਾਂ ਉਸ ਦਾ ਮੁਕਾਬਲਾ ਨੋਟਾਂ ਨਾਲ ਹੋਣਾ ਚਾਹੀਦਾ ਹੈ ਹੋ ਸਕਦਾ ਸਕਦਾ ਹੈ ਕਿ ਉਸ ਪਿੰਡ ਦੀ ಗ್ರಾಮ ਪੰਚਾਇਤ ਆ ਜਿਹੜੀ ਉਹ ਨੋਟਾਂ ਦੇ ਉੱਤੇ ਵੱਧ ਮੋਹਰਾਂ ਲਾਵੇ ਜਿਹੜਾ ਸਰਬਸੰਮਤੀ ਨਾਲ ਕਹਿ ਦਿੱਤਾ ਜਾਂਦਾ ਹੈ ਕਿਵੇਂ ਯਕੀਨ ਕੀਤਾ ਜਾਵੇ ਕਿ ਉਹ ਵਾਕਈ ਸਰਬਸੰਮਤੀ ਨਾਲ ਚੁਣਿਆ ਗਿਆ ਤਾਂ ਵਕੀਲ ਦਾ ਕਹਿਣਾ ਹੈ ਕਿ ਪਟੀਸ਼ਨ ਇਸ ਕਰਕੇ ਪਾਈ ਗਈ ਹੈ ਕਿ ਇਸ ਦੇ ਉੱਤੇ ਅਦਾਲਤ ਆਪਣਾ ਫੈਸਲਾ ਸੁਣਾਵੇ ਕਿ ਕੀ ਇੱਕ ਉਮੀਦਵਾਰ ਵੀ ਜੇਕਰ ਕਿਸੇ ਪਿੰਡ ਦੇ ਵਿੱਚ ਖੜਾ ਹੈ ਉਸ ਦਾ ਮੁਕਾਬਲਾ ਨੋਟਾਂ ਨਾਲ ਹੋਵੇਗਾ ਨੋਟਾਂ ਦੀ ਆਪਸ਼ਨ ਵੀ ਦਿੱਤੀ ਜਾਂਦੀ ਹੈ ਜੇਕਰ ਪਿੰਡ ਦੇ ਵੋਟੇ ਜਿਹੜੇ ਵੋਟਰ ਨੇ ਉਹ ਨੋਟਾ ਦੇ ਹੱਕ ਵਿੱਚ ਭੁੱਗ ਜਾਂਦੇ ਨੇ ਤਾਂ ਫਿਰ ਉੱਥੇ ਦੁਬਾਰਾ ਚੋਣ ਕਰਵਾਈ ਜਾਏਗੀ ਸਰਪੰਚ ਦੀ ਹਾਲਾਂਕਿ ਪ੍ਰੈਕਟੀਕਲੀ ਸੰਭਵ ਨਹੀਂ ਜਾਪਦਾ ਬਹੁਤੀਆਂ ਥਾਵਾਂ ਦੇ ਉੱਤੇ ਇਸ ਤਰ੍ਹਾਂ ਨਹੀਂ ਹੁੰਦਾ ਹਾਲਾਂਕਿ ਇਸ ਦੇ ਵਿੱਚ ਜਿਹੜੀ ਨੋਟਾ ਦੀ ਆਪਸ਼ਨ ਵੀ ਰੱਖੀ ਗਈ ਹੈ ਚਾਹੇ ਉਹ ਵਿਧਾਨ ਸਭਾ ਦੀਆਂ ਚੋਣਾਂ ਨੇ ਜਾਂ ਪਾਰਲੀਮੈਂਟ ਦੀਆਂ ਚੋਣਾਂ ਜੇਕਰ ਉੱਥੇ ਵੀ ਨੋਟਾ ਸਭ ਤੋਂ ਵੋਟਾਂ ਹਾਸਲ ਕਰ ਜਾਂਦਾ ਤੇ ਉੱਥੇ ਚੋਣ ਰੱਦ ਨਹੀਂ ਹੁੰਦੀ ਹਾਲਾਂਕਿ ਉੱਥੇ ਜਿਹੜਾ ਦੂਜੇ ਜਿਹੜਾ ਆ ਉਮੀਦਵਾਰ ਹੁੰਦਾ ਇਸ ਤਰ੍ਹਾਂ ਹੋਇਆ ਨਹੀਂ ਕਦੇ ਹਿਸਟਰੀ ਦੇ ਵਿੱਚ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਕਦੇ ਨਹੀਂ ਹੋਇਆ ਕਿ ਨੋਟਾ ਜਿੱਤ ਗਿਆ ਹੋਵੇ ਤੇ ਫਿਰ ਉੱਥੇ ਚੋਣ ਦੁਬਾਰਾ ਹੋਈ ਹੋਵੇ ਜਾਂ ਫਿਰ ਦੂਜੇ ਨੰਬਰ ਦੇ ਕੈਂਡੀਡੇਟ ਨੂੰ ਉੱਥੇ ਚੁਣਿਆ ਗਿਆ ਹੋਵੇ ਜਿਹੜਾ ਨੋਟਾ ਤੋਂ ਬਾਅਦ ਉੱਥੇ ਸਿਲੈਕਟ ਹੁੰਦਾ ਇਸ ਤਰ੍ਹਾਂ ਕਿਤੇ ਨਹੀਂ ਹੋਇਆ ਪਰ ਪੰਚਾਇਤੀ ਚੋਣਾਂ ਦੇ ਵਿੱਚ ਵੀ ਇੱਕ ਵਕੀਲ ਨੇ ਇਸ ਮਸਲੇ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਟ੍ਰਿਬਿਊਨ ਦੇ ਪੱਤਰਕਾਰ ਜੈਸਮੀਨ ਭਾਰਤਵਾਜ ਨੇ ਜਿਨ੍ਹਾਂ ਦੀ ਰਿਪੋਰਟ ਦੱਸਦੀ ਹੈ ਕਿ ਨਾਬੇ ਦੇ ਇੱਕ ਵਕੀਲ ਨੇ ਉਹਨਾਂ ਨੇ ਬੈਲਟ ਪੇਪਰ ਦੇ ਵਿੱਚ ਇੱਕ ਨੋਟਾ ਦੀ ਆਪਸ਼ਨ ਦਾ ਜਿਹੜਾ ਕਾਲਮ ਛਾਪਿਆ ਗਿਆ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਉਸ ਦਾ ਹਵਾਲਾ ਦਿੰਦੇ ਆ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਮੰਗ ਕੀਤੀ ਗਈ ਹੈ ਕਿ ਜਿੱਥੇ ਵੀ ਨੋਟਾ ਜਿੱਥੇ ਉੱਥੇ ਚੋਣ ਦੁਬਾਰਾ ਕਰਵਾਈ ਜਾਵੇ ਤੇ ਨਵੇਂ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾਵੇ ਇਸ ਤੋਂ ਇਲਾਵਾ ਜਿੱਥੇ ਬਿਨਾਂ ਵਿਰੋਧ ਤੇ ਉਮੀਦਵਾਰ ਨੂੰ ਜੇਤੂ ਲਾਣਿਆ ਜਾ ਰਿਹਾ ਉੱਥੇ ਉਮੀਦਵਾਰਾਂ ਤੇ ਨੋਟਾ ਵਿਚਾਲੇ ਮੁਕਾਬਲਾ ਹੋਣਾ ਚਾਹੀਦਾ ਚੋਣ ਕਰਵਾਈ ਜਾਣੀ ਚਾਹੀਦੀ ਹੈ ਹੁਣ ਇਸੇ ਪਟੀਸ਼ਨ ਦੇ ਉੱਤੇ ਜਿਹੜੀ ਸੁਣਵਾਈ ਹੋਣੀ ਹੈ ਸੋਮਵਾਰ ਨੂੰ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਹਰਕਿਰਤ ਸਿੰਘ ਸਰਕਾਰੀ ਨੇ ਸਰਬਸੰਮਤੀ ਤੇ ਬਿਨਾਂ ਵਿਰੋਧ ਜੇਤੂ ਐਲਾਨੇ ਜਾਣ 'ਚ ਫਰਕ ਸਮਝਾਉਂਦਿਆਂ ਕਿਹਾ ਕਿ ਸਰਬਸੰਮਤੀ ਵੇਲੇ ਮਤਾ ਪਾ ਕੇ ਲੋਕ ਆਪਣਾ ਮਤ ਜाहिर ਕਰਦੇ ਨੇ ਪਰ ਦੂਜੇ ਪਾਸੇ ਵਿਰੋਧੀ ਉਮੀਦਵਾਰਾਂ ਨੂੰ ਕਿਸੇ ਤਰੀਕੇ ਬਿਠਾ ਕੇ ਇੱਕ ਉਮੀਦਵਾਰ ਨੂੰ ਬਿਨਾਂ ਵਿਰੋਧ ਜੇਤੂ ਐਲਾਨੇ ਜਾਣ ਮੌਕੇ ਲੋਕਾਂ ਨੂੰ ਉਹਨਾਂ ਦੀ ਵੋਟ ਦਾ ਅਧਿਕਾਰ ਹੀ ਨਹੀਂ ਮਿਲਦਾ ਤੇ ਮਜਬੂਰਾਂ ਇੱਕ ਉਮੀਦਵਾਰ ਨੂੰ ਚੁਣਨਾ ਪੈ ਜਾਂਦਾ ਇਸ ਲਈ ਵੋਟ ਦੇ ਅਧਿਕਾਰ ਨੂੰ ਆਧਾਰ ਬਣਾ ਕੇ ਉਹਨਾਂ ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ ਇਸ ਤੋਂ ਇਲਾਵਾ ਉਹਨਾਂ ਕਹਿ ਕਿ ਨੋਟਾ ਜਿੱਤਣ ਤੇ ਸਾਰੇ ਉਮੀਦਵਾਰ ਹਾਰੇ ਮੰਨੇ ਜਾਣ ਅਤੇ ਨਵੇਂ ਉਮੀਦਵਾਰਾਂ ਨੂੰ ਮੌਕਾ ਦੇ ਕੇ ਚੋਣ ਦੁਬਾਰਾ ਕਰਵਾਈ ਜਾਵੇ ਉਹਨਾਂ ਦੱਸਿਆ ਕਿ ਗੁਜਰਾਤ ਦੇ ਸੂਰਤ ਵਿੱਚ ਭਾਜਪਾ ਦੇ ਬਿਨਾਂ ਵਿਰੋਧ ਜਿੱਤੇ ਸੰਸਦ ਮੈਂਬਰ ਖਿਲਾਫ ਵੀ ਇਸੇ ਤਰ੍ਹਾਂ ਜਨਹਿਤ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਸਵੀਕਾਰ ਕਰਕੇ ਕੌਮੀ ਚੋਣ ਕਮਿਸ਼ਨ ਕੋਲੋਂ ਜਵਾਬ ਮੰਗਿਆ ਉਹਨਾਂ ਕਿਹਾ ਕਿ ਮਹਾਰਾਸ਼ਟਰ ਹਰਿਆਣਾ ਤੇ ਦਿੱਲੀ ਦੀਆਂ ਸਥਾਨਕ ਚੋਣਾਂ ਵਿੱਚ ਨੋਟਾ ਜਿੱਤਣ ਤੇ ਸਾਰੀ ਚੋਣ ਪ੍ਰਕਿਰਿਆ ਦੁਬਾਰਾ ਹੁੰਦੀ ਹੈ ਤਾਂ ਪੰਜਾਬ ਵਿੱਚ ਜਿਹਾ ਕਿਉਂ ਨਹੀਂ ਕੀਤਾ ਜਾ ਸਕਦਾ ਇਸੇ ਗੱਲ ਨੂੰ ਲੈ ਕੇ ਹੀ ਵਕੀਲ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ ਤਾਂ ਉਹਨਾਂ ਦਾ ਮੰਨਣਾ ਹੈ ਕਿ ਜਿੱਥੇ ਵੋਟ ਦਾ ਅਧਿਕਾਰ ਦੀ ਵਰਤੋਂ ਹੀ ਨਹੀਂ ਹੋਵੇਗੀ ਜੇਕਰ ਦੂਜਿਆਂ ਦੇ ਉੱਤੇ ਦਬਾਅ ਪਾ ਕੇ ਜਾਂ ਕਿਸੇ ਢੰਗ ਨਾਲ ਵੀ ਬਿਠਾ ਦਿੱਤਾ ਜਾਵੇ ਵਿਰੋਧੀ ਉਮੀਦਵਾਰਾਂ ਨੂੰ ਤਿੱਕ ਨੂੰ ਚੁਣ ਲਿਆ ਜਾਵੇ ਤੇ ਫਿਰ ਉੱਥੇ ਸਾਰਿਆਂ ਦੀ ਵੋਟ ਦਾ ਅਧਿਕਾਰ ਤੇ ਹੋਇਆ ਨਾ ਔਰ ਜੇਕਰ ਮਤਾ ਵੀ ਪੈਂਦਾ ਉਸ ਵਿੱਚ ਵੀ ਮਤ ਜाहिर ਹੁੰਦਾ ਹੈ ਕਿ ਅਸੀਂ ਸਰਬਸੰਤੀ ਨਾਲ ਚੁਣ ਰਹੇ ਹਾਂ ਤਾਂ ਉਹ ਲਿਖਤੀ ਰੂਪ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਉਂਦਾ ਕਿਤੇ ਕਿਤੇ ਅੱਧਾ ਪਿੰਡ ਜਾਂਦੇ ਵਾਰਡ ਹੀ ਸਰਬਸੰਤੀ ਨਾਲ ਸਰਪੰਚ ਚੁਣ ਲੈਂਦੇ ਨੇ ਤੇ ਜਿਹੜੇ ਕਮਜ਼ੋਰ ਵਰਗ ਹੁੰਦਾ ਉਹ ਉੱਥੇ ਆਪਣਾ ਉਮੀਦਵਾਰ ਵੀ ਨਹੀਂ ਖਿਲਾਰ ਪਾਉਂਦੇ ਤਾਂ ਐਸੇ ਕਰਕੇ ਹੀ ਇਪਟੀਸ਼ਨ ਪਈ ਹੈ ਹੁਣ ਜਿਹੜੇ ਆਉਣ ਵਾਲੇ ਕੱਲ ਨੂੰ ਲੈ ਕੇ ਇਸ ਦੀ ਸੁਣਵਾਈ ਹੋਣੀ ਹੈ ਦੇਖਦੇ ਹਾਂ ਕਿ ਹਾਈ ਕੋਰਟ ਵੱਲੋਂ ਇਸ ਮਸਲੇ ਵਿੱਚ ਕੀ ਹਦਾਇਤਾਂ ਆਉਂਦੀਆਂ ਨੇ ਕਿਉਂਕਿ ਹਾਈ ਕੋਰਟ ਜਾਣ ਦਾ ਜਿਹੜਾ ਸਿਲਸਲਾ ਹੈ ਉਹ ਲਗਾਤਾਰ ਲੋਕਾਂ ਦਾ ਵਕੀਲਾਂ ਦਾ ਪੰਚਾਂ ਦਾ ਸਰਪੰਚਾਂ ਦਾ ਉਮੀਦਵਾਰਾਂ ਦਾ ਐਸੇ ਕਰਕੇ ਵੱਧ ਗਿਆ ਕਿਉਂਕਿ ਉੱਥੇ ਹੁਣ ਆਸ ਵੱਜਣ ਲੱਗੀ ਹੈ ਕਿ ਜਿਹੜੀ ਸਾਡੇ ਨਾਲ ਹੀਠਲੇ ਪੱਧਰ ਦੇ ਉੱਤੇ ਵਧੇਕੀ ਹੋਈ ਹੈ ਜਾਂ ਸਾਡੀ ਸੁਣਵਾਈ ਨਹੀਂ ਹੋਈ ਤਾਂ ਉਹ ਸ਼ਾਇਦ ਅਦਾਲਤ ਦੇ ਜ਼ਰੀਏ ਸਾਡੀ ਸੁਣਵਾਈ ਹੋ ਜਾਵੇ ਕਿਉਂਕਿ ਪਹਿਲੇ ਫੈਸਲੇ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ 250 ਤੋਂ ਵੱਧ ਪੰਚਾਇਤਾਂ ਦੇ ਉੱਤੇ ਰੋਕ ਲਗਣੀ ਚੋਣ ਪ੍ਰਕਿਰਿਆ ਤੇ ਆਪਨੇ ਆਪ ਚ ਇੱਕ ਵੱਡਾ ਫੈਸਲਾ ਸੀ ਤੇ ਬੀਤੇ ਦਿਨ ਵੀ 20 ਗ੍ਰਾਮ ਪੰਚਾਇਤਾਂ ਤੇ ਖੁਦ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਰੋਕ ਲਾਉਣੀ ਪਈ ਜਾਂ ਚੋਣਾਂ ਹੀ ਰੱਦ ਕਰਨੀਆਂ ਪੈ ਗਈਆਂ ਤਾਂ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਹਾਈ ਕੋਰਟ ਦੇ ਵਿੱਚ ਜਿਹੜੀਆਂ ਲਗਾਤਾਰ ਪਟੀਸ਼ਨਾਂ ਪੈ ਰਹੀਆਂ ਨੇ ਸੈਂਕੜੇ ਦੀ ਗਿਣਤੀ ਚ ਪਟੀਸ਼ਨਾਂ ਹੋ ਚੁੱਕੀਆਂ ਨੇ ਇਹ ਕਾੰਕੜਾ ਦੱਸਦਾ ਹੈ ਕਿ ਪਟੀਸ਼ਨਾਂ ਦੀ ਗਿਣਤੀ 500 ਤੋਂ ਲੈ ਕੇ 600 ਤੱਕ ਵੀ ਪਹੁੰਚ ਚੁੱਕੀ ਆ ਤਾਂ ਹੁਣ ਕਈ ਪਟੀਸ਼ਨਾਂ ਦੀ ਸੁਣਵਾਈ ਕੱਲ ਨੂੰ ਹੋ ਰਹੀ ਹੈ ਦੇਖਦੇ ਹਾਂ ਕਿ ਉਸ ਦੇ ਵਿੱਚ ਹਾਈ ਕੋਰਟ ਵੱਲੋਂ ਕੀ ਕੀ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਨਾ ਨੋਟਾ ਦੇ ਨਾਲ ਮੁਕਾਬਲਾ ਕੀ ਇਕੱਲੇ ਜਿਹੜਾ ਸਰਪੰਚ ਖੜਿਆ ਹੋਵੇਗਾ ਉਸ ਦਾ ਹੋਵੇਗਾ ਜਾਂ ਨਹੀਂ ਹੋਵੇਗਾ ਇਸ ਤੇ ਲਈ ਵੀ ਤੈਅ ਕੀਤਾ ਜਾਣਾ ਹਾਈ ਕੋਰਟ ਤੋਂ ਕੀ ਹਦਾਇਤ ਆਉਂਦੀ ਹੈ ਤੇ ਪੰਜਾਬ ਰਾਜ ਚੋਣ ਕਮਿਸ਼ਨ ਇਸ ਦੇ ਉੱਤੇ ਫਿਰ ਅਗਲੀ ਕੀ ਕਾਰਵਾਈ ਕੀ ਕਰਦਾ ਜਾਂ ਕੀ ਫੈਸਲਾ ਲੈਂਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ